ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿੜ ਬੈਠੀ ਗੁਰੂ ਕੀ ਗੁਰਸੰਗਤ, ਸਤਿਕਾਰਯੋਗ ਜਥੇਦਾਰ ਬਾਬਾ ਗੱਜਣ ਸਿੰਘ ਜੀ ਦੇ ਦੁਸ਼ਹਿਰੇ ਸਮਾਗਮ ਦੇ ਵਿੱਚ ਸੁਸ਼ੋਭਿਤ ਹੋ ਰਹੇ ਹਾਂ। ਦੋ ਬੇਨਤੀਆਂ ਦਾਸ ਕਰਕੇ ਸਮਾਪਤੀ ਕਰੇਗਾ। ਜਿਸ ਪ੍ਰਕਾਰ ਇਹ ਜੋ ਸਾਰੀ ਘਟਨਾ ਮਹਾਂਪੁਰਖਾਂ ਦਾ ਇਸ ਸੰਸਾਰ ਤੋਂ ਪੰਜ ਭੌਤਿਕ ਸਰੀਰ ਤਿਆਗ ਕੇ ਸੱਚਖੰਡ ਵਾਸ ਕਰਨਾ, ਇੱਥੇ ਦੋ ਘਟਨਾ ਸਾਨੂੰ ਸਾਹਮਣੇ ਆਉਂਦੀਆਂ ਨੇ। ਇੱਕ ਹੈ ਕਿ ਜੋ ਪਾਵਨ ਪਵਿੱਤਰ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਵਾਕ ਹੈ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਕਦੇ ਵੀ ਸੰਸਾਰ ਦੀ ਜਿਹੜੀ ਮਰਯਾਦਾ ਹੈ ਉਸ ਨੂੰ ਤੋੜਦੇ ਨਹੀਂ। ਮਹਾਂਪੁਰਖ ਜੇ ਚਾਹੁੰਦੇ ਤੇ ਅਚਨਚੇਤ ਇਸ ਅਸਥਾਨ ਤੇ ਬੈਠੇ ਹੋਏ ਅਕਾਲ ਚਲਾਣਾ ਕਰ ਸਕਦੇ ਸਨ, ਪਰ ਉਹਨਾਂ ਨੇ ਸੰਸਾਰ ਦੀ ਰੀਤੀ ਦੇ ਅਨੁਸਾਰ, ਸੰਸਾਰ ਦੀ ਜਿਹੜੀ ਬਣਾਈ ਹੋਈ ਪਰਮੇਸ਼ਰ ਵਾਹਿਗੁਰੂ ਦੀ ਮਰਿਆਦਾ ਹੈ ਉਸ ਨੂੰ ਨਿਭਾਉਂਦਿਆਂ ਹੋਇਆਂ ਜੋ ਹਸਪਤਾਲ ਦੇ ਵਿੱਚ ਇੱਕ ਸਾਹ ਦਾ ਜਿਹੜਾ ਚੜ੍ਹਨਾ ਬਹਾਨਾ ਬਣਾਉਣਾ, ਉਹ ਇੱਕ ਮਹਾਂਪੁਰਖ ਇਹ ਸੰਸਾਰ ਦੀ ਪਰਮੇਸ਼ਰ ਵਾਹਿਗੁਰੂ ਵੱਲੋਂ ਬਣਾਈ ਹੋਈ ਮਰਿਆਦਾ ਨੂੰ ਨਿਭਾ ਕਰਕੇ ਗਏ। ਅਤੇ ਦੂਸਰਾ ਜਿਹੜਾ ਇਹ ਘਟਨਾ ਇਸ ਦੇ ਵਿੱਚੋਂ ਉੱਭਰ ਕੇ ਆਉਂਦੀ ਹੈ ਕਿ ਜਿੱਦਾਂ ਮਹਾਂਪੁਰਖਾਂ ਸੰਗਤ ਨੇ ਬਾਬਾ ਗੁਰਦੇਵ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਅਗਲੇ 16ਵੇਂ ਜਥੇਦਾਰ ਵਜੋਂ ਥਾਪੇ ਜਾਓਗੇ, ਪਰ ਉਹਨਾਂ ਨੇ ਦੇਖੋ ਅੱਤ ਦਰਜੇ ਦੀ ਨਿਮਰਤਾ ਦਿਖਾਉਂਦਿਆਂ ਹੋਇਆਂ, ਕਿਉਂਕਿ ਇਹ ਜਿਹੜਾ ਗੁਰੂ ਕਾ ਦਰ ਹੈ ਇਸ ਦਰ ਦੇ ਉੱਪਰ ਇਹ ਇੱਕ ਮਹਾਨ ਬਖਸ਼ਿਸ਼ ਹੈ ਕਿ ਜੋ ਸਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਆਮੀ ਸੰਧਾ। ਇੱਥੇ ਜੇ ਕਿਸੇ ਦਾ ਵਡੱਪਣ ਹੈ ਤੇ ਉਹ ਨਿਮਰਤਾ ਦੇ ਵਿੱਚ ਰਹਿਣ ਕਰਕੇ ਹੈ। ਉਹਨਾਂ ਨੇ ਅੱਤ ਦਰਜੇ ਦੀ ਨਿਮਰਤਾ ਤਿਆਗ ਵੈਰਾਗ ਨੂੰ ਦਿਖਾਉਂਦਿਆਂ ਹੋਇਆਂ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਜੀ ਨੂੰ ਇਹ ਜਿਹੜੀ ਸੇਵਾ ਹੈ ਉਹ ਨਿਭਾਈ ਹੈ। ਜੇ ਅਸੀਂ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਅਸੀਂ ਨਿਮਰਤਾ ਦੇ ਵਿੱਚ ਰਹਿ ਕਰਕੇ ਜਿੰਨਾ ਹੋ ਸਕੇ ਸੇਵਾ ਅਤੇ ਸਿਮਰਨ। ਇੱਕ ਆਖਰੀ ਜਿਹੜੀ ਬੇਨਤੀ ਹੈ, ਕਈ ਵਾਰ ਆਪਾਂ ਵੇਖਦੇ ਹਾਂ ਕਿ ਕੁਝ ਪ੍ਰਚਾਰਕ ਜੋ ਨਿਹੰਗ ਸਿੰਘ ਜਥੇਬੰਦੀਆਂ ਹਨ ਉਹਨਾਂ ਨੂੰ ਆਖਿਆ ਜਾਂਦਾ ਹੈ, ਕਈ ਤਰ੍ਹਾਂ ਦੀਆਂ ਜਿਹੜੀਆਂ ਭੱਦੀਆਂ ਸ਼ਬਦਾਵਲੀਆਂ ਨੇ ਉਹ ਵਰਤਦੇ ਹਨ, ਪਰ ਇਸ ਅਸਥਾਨ 'ਤੇ ਆਪਾਂ ਵੇਖ ਸਕਦੇ ਹਾਂ ਦਾਸ ਦੇ ਵਿੱਦਿਆ ਦਾ ਅਤੇ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਮਹਾਂਪੁਰਖ ਉਹ ਜੋ ਇਸ ਅਸਥਾਨ ਦੇ ਉੱਪਰ ਬ੍ਰਹਮ ਵਿੱਦਿਆ ਨੂੰ ਪੜ੍ਹਾਉਣ ਦੀ ਜਿਹੜੀ ਮਹਾਨ ਸੇਵਾ ਕਰ ਰਹੇ ਨੇ। ਕਿਉਂਕਿ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਦੀ ਘਟਨਾ ਹੈ ਕਿ ਹੋ ਰਹੇ ਪ੍ਰਚਾਰ ਦੇ ਅਨੁਸਾਰ ਦਾਸ ਦੇ ਮਨ ਦੇ ਵਿੱਚ ਵੀ ਇਹ ਕਦੇ ਹੁੰਦਾ ਸੀ ਕਿ ਜਿਹੜੇ ਨਿਹੰਗ ਸਿੰਘ ਨੇ ਉਹ ਉਦਾਂ ਹੀ ਹੁੰਦੇ ਨੇ, ਪਰ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜੋ ਦਸਮ ਦਾ ਪਾਠ ਬੋਧ ਹੋਇਆ, ਦਾਸ ਨੇ ਆਪਣੇ ਅੱਖੀਂ ਨਿਹੰਗ ਸਿੰਘਾਂ ਦਾ ਵਿਵੇਕ, ਨਿਹੰਗ ਸਿੰਘਾਂ ਦੀ ਸੇਵਾ, ਇੱਕ ਬੜੀ ਅਚਨਚੇਤ ਘਟਨਾ ਹੋਈ। ਬੜੇ ਉੱਥੇ ਗਿਆਨੀ ਸਿੰਘ ਮਹਾਂਪੁਰਖ ਇਕੱਠੇ ਹੁੰਦੇ ਸੀ, ਇੱਕ ਲੰਗਰ ਦੇ ਵਿੱਚ ਸੁੱਤਾ ਪਿਆ ਸਿੰਘ ਉੱਠਿਆ, ਹੱਥ ਮੂੰਹ ਧੋਤਾ ਤੇ ਆਣ ਕੇ ਸਟੇਜ ਦੇ ਉੱਪਰ ਜਿਹੜਾ ਪਾਠ ਬੋਧ ਹੋ ਰਿਹਾ ਸੀ
उस पाठ दे विच सेवा निभाई, क्योंकि ये गुरु खालसा पंथ इन्हां वडियाइयां दे नाल भरिया होया कि इत्थे तबेलियां दे विच सेवा करन वाले गुरसिख भी महान कवि हो गुजरे आ। सो इस लई इस गुरु घर दे अंदर निम्रता नूं सब तो वड्डी पहल दित्ती होई है। दास इन्ना को बचन करदा होया खिमा दा जाचक है, सब संगतां दा आदि श्री गुरु ग्रंथ साहिब महाराज जी दा बेअंत बेअंत शुकराना, हुईयां बेअंत भुलां दी खिमा आप संगत सतगुर साहिबान जी बख्शन योग हन, बख्श लैणा जी। सो दास इत्थे अपनी वाणी नूं विश्राम दिंदा है। वाहिगुरु जी का खालसा, वाहिगुरु जी वाहिगुरु जी का खालसा।